ਸਵਾਗਤ ਹੈ ਜੀ ਤੁਹਾਡਾ ਟ੍ਰੇਡਿੰਗ ਫੰਡਸ ਦੀ ਇੱਕ ਨਵੀਂ ਵੀਡੀਓ ਦੇ ਵਿੱਚ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ 16 ਫਰਵਰੀ ਦੇ ਲਈ ਨਿਫਟੀ, ਬੈਂਕ ਨਿਫਟੀ ਅਤੇ ਨਿਫਟੀ ਫਾਈਨਾਂਸ ਦੇ ਲੈਵਲਸ ਦੇ ਬਾਰੇ। ਜਦ ਆਪਾਂ ਸਟਾਰਟ ਕਰਦੇ ਹਾਂ ਜੀ ਨਿਫਟੀ ਦੇ ਉੱਪਰੋਂ, ਤਾਂ ਨਿਫਟੀ ਆਉਣ ਵਾਲੇ ਸੈਸ਼ਨ ਦੇ ਵਿੱਚ ਯਾਨੀ ਕਿ 16 ਫਰਵਰੀ ਦੇ ਜੋ ਲੈਵਲਸ ਹੋਣਗੇ, ਦੇਖੋ ਰਾਈਟ ਨਾਓ ਜੋ ਨਿਫਟੀ ਹੈ ਉਹ ਆਲਮੋਸਟ 18020 ਦੇ ਲੈਵਲ 'ਤੇ ਖੜੀ ਹੈ। ਠੀਕ ਹੈ, ਕਲੋਜ਼ਿੰਗ ਇਹਨੇ 15 'ਤੇ ਦਿੱਤੀ ਹੈ, ਯਾਨੀ ਕਿ ਇਸ ਲੈਵਲ ਤੋਂ ਨੀਚੇ ਦੀ ਕਲੋਜ਼ਿੰਗ ਹੈ। ਹੁਣ ਕੱਲ੍ਹ ਨੂੰ ਜੇ ਨਿਫਟੀ ਇੱਥੋਂ ਫਲੈਟ ਓਪਨ ਹੁੰਦੀ ਹੈ ਤਾਂ ਆਪਾਂ ਦੇਖਾਂਗੇ ਕਿ ਕੀ ਨਿਫਟੀ 18020 ਦੇ ਲੈਵਲ ਨੂੰ ਕ੍ਰੋਸ ਕਰਦੀ ਹੈ। ਕਿਉਂਕਿ ਦੇਖੋ 18020 ਦਾ ਲੈਵਲ ਇੱਕ ਸਾਈਕੋਲੋਜੀਕਲ ਕਾਫੀ ਮੇਨ ਇੰਪੋਰਟੈਂਟ ਲੈਵਲ ਹੈ। 18000 ਦਾ ਲੈਵਲ ਆਪਾਂ ਮੰਨ ਕੇ ਚੱਲੀਏ ਤਾਂ 18000 'ਤੇ ਪ੍ਰੋਫਿਟ ਬੁਕਿੰਗ ਆਉਣੀ ਹੈ। ਠੀਕ ਹੈ, ਥੋੜ੍ਹੀ ਜਿਹੀ ਅੱਜ ਪ੍ਰੋਫਿਟ ਬੁਕਿੰਗ ਹੋਈ ਵੀ ਹੈ ਲਾਸਟ ਵਾਲੀ ਕੈਂਡਲ ਦੇ ਵਿੱਚ। ਜੇ ਆਪਾਂ ਇਹਨੂੰ 5 ਮਿੰਟ 'ਤੇ ਲਗਾ ਕੇ ਦੇਖੀਏ ਤਾਂ ਦੇਖੋ ਲਾਸਟ ਦੇ 5 ਮਿੰਟ 'ਤੇ ਥੋੜ੍ਹੀ ਜਿਹੀ ਪ੍ਰੋਫਿਟ ਬੁਕਿੰਗ ਆਈ, ਮਾਰਕੀਟ ਨੀਚੇ ਨੂੰ ਆਈ, ਪਰ ਫਿਰ ਵੀ ਉਹ ਇਸ ਲੈਵਲ ਤੋਂ 18020 ਦੇ ਉਹ ਲੈਵਲ ਤੋਂ ਉੱਪਰ ਉੱਪਰ ਕਲੋਜ਼ ਹੋਈ। ਹਾਂ, ਓਵਰਆਲ ਨਿਫਟੀ 18015 'ਤੇ ਹੋਈ ਕਿਉਂਕਿ ਉਹ ਐਵਰੇਜ ਕੱਢਿਆ ਜਾਂਦਾ, ਉਹ ਇੱਕ ਵੱਖਰੀ ਗੱਲ ਹੈ। ਸੋ ਨਿਫਟੀ 18020 ਤੋਂ ਉੱਪਰ ਬੰਦ ਹੋਈ ਹੈ। ਹੁਣ ਜੇ ਆਪਾਂ 30 ਮਿੰਟ ਦੀ ਕੈਂਡਲ 'ਤੇ ਲਗਾ ਕੇ ਦੇਖਦੇ ਹਾਂ, ਕੱਲ੍ਹ ਨੂੰ ਜੇ ਨਿਫਟੀ ਸਾਨੂੰ ਇਸੇ ਲੈਵਲ ਤੋਂ ਸਪੋਰਟ ਲੈਂਦੀ ਨਜ਼ਰ ਆਉਂਦੀ ਹੈ ਕਿ 18020 'ਤੇ ਨੇੜੇ ਤੇੜੇ ਕਿਤੇ ਓਪਨ ਹੋ ਕੇ ਅਤੇ ਇਸ ਲੈਵਲ ਤੋਂ ਸਪੋਰਟ ਲੈਂਦੀ ਹੈ, ਤਾਂ ਸਾਡੇ ਨੈਕਸਟ ਲੈਵਲ ਹੋਣਗੇ ਜੀ 18080 ਦਾ ਲੈਵਲ ਹੋਏਗਾ। ਠੀਕ ਹੈ, ਜੇ ਇਹ ਕ੍ਰੋਸ ਹੁੰਦਾ ਤਾਂ ਨੈਕਸਟ ਲੈਵਲ ਹੋਏਗਾ 18145, ਫਿਰ ਸਾਡੇ ਕੋਲ ਇੱਕ ਮੇਜਰ ਲੈਵਲ ਆਉਂਦਾ 18185 ਦਾ। ਉਸੇ ਤਰ੍ਹਾਂ ਜੇ ਨਿਫਟੀ ਇਸ ਲੈਵਲ 'ਤੇ ਸਸਟੇਨ ਨਹੀਂ ਕਰਦੀ, ਇਹ ਲੈਵਲ ਉਹਦੇ ਲਈ ਰੈਜ਼ਿਸਟੈਂਸ ਦਾ ਕੰਮ ਕਰਦਾ, ਤਾਂ ਮਾਰਕੀਟ ਨੀਚੇ ਤੱਕ ਨੂੰ ਆਏਗੀ। ਪਹਿਲਾ ਲੈਵਲ ਹੋਏਗਾ ਜੀ ਸਾਡਾ 17950 ਦਾ। ਜੇ ਮਾਰਕੀਟ ਇਹ ਲੈਵਲ ਵੀ ਤੋੜਦੀ ਹੈ ਤਾਂ ਫਿਰ 17900 ਦਾ ਲੈਵਲ ਸਾਡੇ ਕੋਲ ਅਹਿਮ ਹੋਏਗਾ। 17900 ਦਾ ਲੈਵਲ ਅੱਜ ਤੁਸੀਂ ਦੇਖੋ ਕਾਫੀ ਵਾਰੀ ਮਾਰਕੀਟ ਇਸ ਲੈਵਲ 'ਤੇ ਰਹੀ ਵੀ ਹੈ। ਹੁਣ ਜੇ ਕੱਲ੍ਹ ਸਾਨੂੰ ਮਾਰਕੀਟ ਗੈਪ ਡਾਊਨ ਨਾਲ ਮਿਲਦੀ ਹੈ 17900 ਦੇ ਨੇੜੇ ਤੇੜੇ, ਤਾਂ ਅਸੀਂ ਇੱਥੋਂ 17900 ਜਾਂ 860, ਠੀਕ ਹੈ, ਇਹਨਾਂ ਦੋ ਲੈਵਲਸ 'ਤੇ ਮਾਰਕੀਟ ਸਾਨੂੰ ਮਿਲਦੀ ਹੈ ਤਾਂ ਅਸੀਂ ਸਾਨੂੰ ਇੱਥੋਂ ਕਾਲ ਬਾਏ ਕਰਕੇ ਚੱਲਾਂਗੇ। ਸਾਡੇ ਲੈਵਲਸ ਹੋਣਗੇ ਉੱਪਰ ਵੱਲ ਨੂੰ। ਜੇ ਨਿਫਟੀ ਤੁਹਾਨੂੰ 17900 ਜਾਂ 17860 'ਤੇ ਮਿਲਦੀ ਹੈ ਤਾਂ ਪਹਿਲਾ ਆਪਣਾ ਟਾਰਗੇਟ ਹੋਏਗਾ 17950, ਦੂਸਰਾ ਟਾਰਗੇਟ ਹੋਏਗਾ ਉਹੀ 18000 ਦਾ। ਅਤੇ ਜੇ ਬਾਏ ਚਾਂਸ ਕੱਲ੍ਹ ਮਾਰਕੀਟ ਆਪਾਂ ਨੂੰ ਗੈਪ ਅਪ ਮਿਲ ਜਾਂਦੀ ਹੈ ਕੋਈ 18150 ਦੇ ਲੈਵਲ 'ਤੇ, 18100-150 ਦੇ ਲੈਵਲ 'ਤੇ, ਤਾਂ ਆਪਾਂ ਪੁੱਟ ਬਾਏ ਕਰਕੇ ਚੱਲਾਂਗੇ। ਨੀਚੇ ਵੱਲ ਦੇ ਲੈਵਲ ਹੋਣਗੇ ਜੀ 18080 ਅਤੇ ਦੂਸਰਾ ਲੈਵਲ ਹੋਏਗਾ 18020 ਦਾ ਲੈਵਲ। ਹੁਣ ਆਪਾਂ ਨੈਕਸਟ ਗੱਲ ਕਰਦੇ ਹਾਂ ਜੀ ਬੈਂਕ ਨਿਫਟੀ ਦਾ। ਹੁਣ ਬੈਂਕ ਨਿਫਟੀ ਦੇ ਵਿੱਚ ਵੀ ਦੇਖੋ ਕੀ ਹੋਇਆ, ਮਾਰਕੀਟ ਖੜੀ ਹੈ 41725 ਦੇ ਲੈਵਲ 'ਤੇ। ਠੀਕ ਹੈ, ਇਹ ਵਾਲਾ ਲੈਵਲ ਹੈ 41725। ਹੁਣ ਮਾਰਕੀਟ ਜੇ ਇੱਥੋਂ ਸਾਨੂੰ ਕਾਲ ਬਾਏ ਕਰਵਾਉਂਦੀ ਹੈ, ਮਾਰਕੀਟ ਇੱਥੇ ਕੱਲ੍ਹ ਨੂੰ ਓਪਨ ਹੁੰਦੀ ਹੈ, ਇੱਥੋਂ ਸਪੋਰਟ ਲੈ ਕੇ ਨਜ਼ਰ ਆਉਂਦੀ ਹੈ ਸਾਨੂੰ, ਤਾਂ ਸਪੋਰਟ ਤੋਂ ਬਾਅਦ ਅਸੀਂ ਕੀ ਕਰਾਂਗੇ, ਇੱਥੋਂ ਕਾਲ ਬਾਏ ਕਰਕੇ ਚੱਲਾਂਗੇ 41700 ਦੀ। ਪਹਿਲਾ ਲੈਵਲ ਹੋਏਗਾ 41790, ਦੂਸਰਾ ਲੈਵਲ ਹੋਏਗਾ ਸਾਡਾ 41850। ਆਲਮੋਸਟ ਕਾਫੀ 720-730 ਜਾਂ 750 ਤੋਂ ਲੈ ਕੇ 850 100 ਪੁਆਇੰਟਸ ਦਾ ਡਿਫਰੈਂਸ ਹੋਏਗਾ। ਇਹ ਦੋ ਲੈਵਲਸ ਬੜੇ ਆਸਾਨੀ ਨਾਲ ਬੈਂਕ ਨਿਫਟੀ ਕੰਪਲੀਟ ਕਰ ਸਕਦੀ ਹੈ। ਬਾਏ ਚਾਂਸ ਮਾਰਕੀਟ ਨੀਚੇ ਆਉਂਦੀ ਹੈ, ਇਸ ਲੈਵਲ ਤੋਂ ਉਹ ਕ੍ਰੋਸ ਨਹੀਂ ਕਰਦੀ, ਤਾਂ ਨੀਚੇ ਵੱਲ ਦੇ ਲੈਵਲ ਹੋਣਗੇ ਜੀ 41650 ਅਤੇ 41540 ਦੇ ਲੈਵਲਸ ਹੋਣਗੇ। ਹੁਣ ਉਸੇ ਤਰ੍ਹਾਂ ਮਾਰਕੀਟ ਤੁਹਾਨੂੰ ਗੈਪ ਡਾਊਨ ਮਿਲ ਜਾਂਦੀ ਹੈ 41550 ਦੇ ਕਰੀਬ, ਤਾਂ ਤੁਸੀਂ ਕੀ ਕਰੋ 41500 ਦੀ ਕਾਲ ਬਾਏ ਕਰਕੇ ਚੱਲੋ। ਟਾਰਗੇਟਸ ਆਪਣੇ ਰਹਿਣਗੇ 41725 ਤੱਕ ਦੇ। ਜੇ ਮਾਰਕੀਟ ਤੁਹਾਨੂੰ ਕਿਤੇ ਵੀ 42000 ਦੇ ਨੇੜੇ ਤੇੜੇ ਨਜ਼ਰ ਆਉਂਦੀ ਹੈ, ਠੀਕ ਹੈ, ਕਿਉਂਕਿ ਮਾਰਕੀਟ ਜੇ ਕੱਲ੍ਹ ਉੱਪਰ ਵੱਲ ਨੂੰ ਵੀ ਜਾਂਦੀ ਹੈ ਨਾ, 400-500 ਪੁਆਇੰਟ ਦਾ ਮੂਵ ਦਿੰਦੀ ਵੀ ਹੈ, ਤਾਂ 41750 'ਤੇ ਮਾਰਕੀਟ ਖੜੀ ਹੈ। ਸੋ 41750 ਤੋਂ 250 ਪੁਆਇੰਟ ਦਾ ਮੂਵ ਹੋ ਕੇ ਮਾਰਕੀਟ ਆ ਜਾਏਗੀ 42000 'ਤੇ। ਅਗੇਨ 42000 ਦਾ ਇੱਕ ਸਾਈਕੋਲੋਜੀਕਲ ਲੈਵਲ ਹੈ, ਮੇਨ ਲੈਵਲ ਹੈ, ਇਸ ਤੋਂ ਉੱਪਰ ਮਾਰਕੀਟ ਜੇ ਜਾਂਦੀ ਵੀ ਹੈ ਤਾਂ ਆਪਾਂ ਟ੍ਰੇਡ ਨਹੀਂ ਕਰਾਂਗੇ। ਆਪਾਂ 42000 ਤੱਕ ਆਪਦਾ ਜਿਹੜਾ ਟਾਰਗੇਟ ਹੈ ਉਹ ਡਨ ਕਰਾਂਗੇ, ਪ੍ਰੋਫਿਟ ਬੁੱਕ ਕਰਕੇ ਵਾਪਸ ਆਵਾਂਗੇ। ਜੇ ਤੁਹਾਨੂੰ ਮਾਰਕੀਟ ਕੱਲ੍ਹ ਆਲਰੇਡੀ ਇਸ ਕਿਸੇ ਪੁਆਇੰਟ ਦੇ ਉੱਪਰ ਆ ਕੇ ਨੇੜੇ ਤੇੜੇ ਮਿਲ ਜਾਂਦੀ ਹੈ 42000 'ਤੇ, ਤਾਂ ਡੈਫੀਨੇਟਲੀ ਆਪਾਂ ਇੱਕ ਪੁੱਟ ਬਾਏ ਕਰਾਂਗੇ 42000 ਦੀ। ਨੀਚੇ ਵੱਲ ਨੂੰ ਆਪਣੇ ਲੈਵਲ ਰਹਿਣਗੇ 41933 ਅਤੇ 41850 ਦੇ ਲੈਵਲਸ ਹੋਣਗੇ। ਹੁਣ ਆਪਾਂ ਗੱਲ ਕਰ ਲੈਂਦੇ ਹਾਂ ਜੀ ਫਾਈਨਾਂਸ ਦੀ। ਤਾਂ ਨਿਫਟੀ ਫਾਈਨਾਂਸ ਆਲਮੋਸਟ ਬੈਂਕ ਨਿਫਟੀ ਵਾਲਾ ਹੀ ਸਿਸਟਮ ਇਹਦੇ ਵਿੱਚ ਹੁੰਦਾ, ਆਪਾਂ ਦੇਖਦੇ ਹੁੰਦੇ ਹਾਂ। ਜੇ ਆਪਾਂ ਗੱਲ ਕਰਦੇ ਹਾਂ ਜੀ ਨਿਫਟੀ ਫਾਈਨਾਂਸ ਦੀ, ਤਾਂ ਦੇਖੋ 18650 ਦਾ ਲੈਵਲ ਕਾਫੀ ਅਹਿਮ ਹੈ। ਜੇ ਕੱਲ੍ਹ ਮਾਰਕੀਟ 18650 ਨੂੰ ਕ੍ਰੋਸ ਕਰਦੀ ਹੈ ਤਾਂ ਆਪਣਾ ਅਗਲਾ ਲੈਵਲ 40 ਪੁਆਇੰਟ ਉੱਪਰ 18690 ਹੋਏਗਾ। ਜੇ ਮਾਰਕੀਟ ਇਹ ਪੁਆਇੰਟ ਵੀ ਕਲੀਅਰ ਕਰ ਲੈਂਦੀ ਹੈ ਤਾਂ ਫਿਰ ਅਗਲਾ ਲੈਵਲ ਹੋਏਗਾ 18740। ਮਾਰਕੀਟ ਇੱਥੋਂ ਨੀਚੇ ਆਉਣਾ ਸ਼ੁਰੂ ਕਰਦੀ ਕੱਲ੍ਹ ਨੂੰ, ਮੰਨ ਲਓ ਮਾਰਕੀਟ ਇਸ ਥੋੜ੍ਹਾ ਜਿਹਾ ਉੱਪਰ ਜਾ ਕੇ ਇੱਥੇ ਰੈਜ਼ਿਸਟੈਂਸ ਫੇਸ ਕਰਦੀ ਹੈ 650 'ਤੇ, ਮਾਰਕੀਟ ਨੀਚੇ ਵੱਲ ਨੂੰ ਆਉਂਦੀ ਹੈ, ਤਾਂ ਪਹਿਲਾ ਲੈਵਲ ਹੋਏਗਾ 18610 ਦਾ, ਦੂਸਰਾ ਲੈਵਲ ਹੋਏਗਾ 18590, ਇਸ ਤੋਂ ਨੈਕਸਟ ਲੈਵਲ ਆਪਣੇ ਕੋਲ ਹੋਏਗਾ 18550 ਦਾ ਲੈਵਲ। ਧੰਨਵਾਦ ਜੀ, ਉਮੀਦ ਹੈ ਕਿ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਏਗੀ। ਜੇ ਵੀਡੀਓ ਚੰਗੀ ਲੱਗੀ ਤਾਂ ਤੁਸੀਂ ਇਸਨੂੰ ਲਾਈਕ, ਕਮੈਂਟ ਅਤੇ ਸ਼ੇਅਰ ਕਰ ਸਕਦੇ ਹੋ।
ਥੈਂਕ ਯੂ।